ਤੁਸੀਂ ਜਿਹੜਾ ਛਿੱਟਾ ਮਾਰ ਰਹੇ ਹੋ ਹਾਂਜੀ ਆਂਢੀ ਗੁਆਂਢੀ ਮਸ਼ੀਨਾਂ ਨਾਲ ਬੀਜਣ ਦੇ ਨੇ। ਨਹੀਂ ਇੱਕ ਘਰ ਬੀਜਦਾ ਜੀ ਸਾਡਾ, ਅੱਛਾ ਆ ਬਾਕੀ ਸਾਰੇ ਛਿੱਟਾ ਮਾਰਦੇ, ਹੈ ਸਾਰੇ ਛਿੱਟਾ ਮਾਰਦੇ ਮੇਰੇ ਪਿੰਡ ਦੇ। ਕੀ ਨਾਮ ਪਿੰਡ ਦਾ? ਜਲਾਲ ਚੱਕਰ ਆ ਜੀ। ਜਿਸ ਤਰ੍ਹਾਂ ਮੇਰੇ ਵਰਗੇ ਆ ਆਪਾਂ ਨਾਲ ਛਿੱਟਾ ਮਾਰ ਸਕਾਂ, ਜੇ ਆਉਣ ਵਾਲੀ ਪੀੜ੍ਹੀ ਨਾਲ ਜਿਹੜੀ ਮੁੰਡੇ ਆ ਉਹ ਇਹਨੂੰ ਮਾਰਨਾ ਚਾਹੁੰਦੇ ਵੀ ਬਾਪੂ ਤੋਂ ਖੇਚਲਾ ਖਾ ਗਿਆ, ਅਸੀਂ ਖੇਚਲ ਕੇ ਕਰਨੇ ਖੇਚਲਾ ਕੇ ਚੱਕਰ ਆ ਸਾਰਾ। 300-300 ਆ ਹਾਂਜੀ ਹੈਨਾ? ਹਾਂਜੀ ਹਾਂ ਸਾਰੇ ਵਿੱਚ ਥੋੜੇ ਥੋੜੇ ਲਾ ਕੇ ਵੇਖੇ ਸਾਰੇ ਲਾਦੇ ਆ ਜੀ ਅਸੀਂ 4 ਏਕੜ ਦੀ। ਚਾਰ ਦੋਨੋਂ ਭਾਈ ਮਿਲ ਕੇ? ਹਾਂਜੀ ਦੋਵੇਂ ਭਰਾ ਮਿਲ ਕੇ। ਨਾ ਨਾ ਦੋ ਟਾਣੀ ਮਾਰਦੀ ਉਹ ਜੀ, ਉਹ ਇੱਕ ਦੋ ਟਾਣੀਆਂ ਦੇ ਉੱਪਰ ਨਹੀਂ ਮਾਰਦੀ, ਕਿਸੇ ਕੀ ਪਟਕਾ ਦੇਖ ਲਿਓ ਤੁਸੀਂ, ਜੇ ਦੋ ਪੇਟਿਆਂ ਦੇ ਉੱਪਰ ਮੈਂ ਜ਼ਿੰਮੇਦਾਰ। ਸਾਰੇ ਕਿਸਾਨ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸਾਥੀਓ ਮੈਂ ਅੱਜ ਚੰਡੀਗੜ੍ਹ ਯੂਨੀਵਰਸਿਟੀ ਤੋਂ ਆ ਰਿਹਾ ਸੀ ਤੇ ਕਰਨਾਲ ਜਾਂਦਿਆਂ ਹੋਇਆ ਮੈਂ ਇੱਥੇ ਰੁਕਿਆ, ਮੈਂ ਸਰਦਾਰ ਸਾਹਿਬ ਨੂੰ ਮਿਲਿਆ ਇੱਥੇ ਤੇ ਇਹ ਝੋਲੀ ਨਾਲ ਕਣਕ ਜਿਹੜੀ ਹੈ ਛੀਟ ਰਹੇ ਨੇ, ਜਦਕਿ ਪੰਜਾਬ ਬਹੁਤ ਅੱਗੇ ਹੈ, ਇੱਥੇ ਮਸ਼ੀਨਾਂ ਦੀ ਕੋਈ ਕਮੀ ਨਹੀਂ ਹੈ। ਔਰ ਹੈਪੀ ਸੀਡਰ, ਸੁਪਰ ਸੀਡਰ, ਰੋਟਾਵੇਟਰ, ਹੈਵੀ ਟਰੈਕਟਰਸ ਇਹਨਾਂ ਨੇ ਜ਼ਮੀਨ 'ਤੇ ਬਣਾਈ ਹੈ ਟਰੈਕਟਰ ਦੇ ਨਾਲ ਵਾਹੀ ਕਰਕੇ, ਗਿੱਲ ਜਾਂ ਮੋਇਸਚਰ ਵੀ ਪੂਰੀ ਚੰਗੀ ਹੈ। ਮਗਰ ਝੋਲੀ ਨਾਲ ਕਿਉਂ ਕਣਕ ਦੀ ਬੁਆਈ ਕਰ ਰਹੇ ਨੇ ਉਸ 'ਤੇ ਮੈਂ ਚਰਚਾ ਕਰਨ ਲਈ ਰੁਕ ਗਿਆ। ਸਲਾਹ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਚੈਨਲ 'ਤੇ। ਆਪ ਜੀ ਆਪਣਾ ਨਾਂ ਦੱਸੋ? ਰਾਮ ਸਿੰਘ, ਪਿੰਡ ਜਲਾਲਪੁਰ ਜੀ। ਅੱਛਾ ਆਪ ਰਾਮ ਸਿੰਘ ਹੈ ਜੀ, ਪਿੰਡ ਜਲਾਲਪੁਰ ਇਹਨਾਂ ਦਾ। ਹਾਂਜੀ ਸਰਦਾਰ ਸਾਹਿਬ ਕਿੰਨੀ ਕੁ ਜ਼ਮੀਨ ਹੈ ਆਪਣੇ ਕੋਲੇ? ਆਪਣੇ ਭਾਜੀ ਇੱਥੇ 30 ਏਕੜ ਦੀ ਖੇਤੀ ਕਰ ਰਹੇ ਜੀ। 30 ਕਿੱਲੇ ਦੀ ਖੇਤੀ ਹੈ? ਹਾਂਜੀ। ਤੇ 30 ਕਿੱਲਿਆਂ 'ਚ ਬੀਜ ਕਿਹੜਾ ਲਾ ਰਹੇ ਹੋ? ਆਪਾਂ ਜੀ 2860 ਤੇ ਮਤਲਬ 826। 826? ਹਾਂਜੀ। ਬੜਾ ਫਰਕ ਆ ਗਿਆ, ਵਿੱਚ ਬਹੁਤ ਲਾਈਨਾਂ ਸੀਗੀਆਂ ਹੋਰ। ਕੁਆਲਿਟੀ ਵੀ 2860 ਆਪਣੇ ਸਭ ਤੋਂ ਉੱਪਰ ਜਾ ਰਹੀ ਹੈ ਜੀ, ਆਪਾਂ ਨੇ ਬੀਜ ਕਾ ਸਾਰੇ ਦੇਖ ਲਈਏ। ਅੱਛਾ ਦੇਖੇ ਨੇ? ਹਾਂਜੀ ਸਾਰੇ ਟੈਸਟ ਕਰ ਲਈਏ ਜੀ ਬੀਜ। 826 ਕਿੰਨਾ ਕੁ ਨਿਕਲਿਆ? ਚਾਹੀਏ ਇਹਦੇ ਨਾਲ ਕੁਇੰਟਲ 2 ਕੁਇੰਟਲ ਘੱਟੇ ਰਹਿੰਦਾ ਜੀ। 29-60 ਤੋਂ? 29-60 ਤੋਂ ਅਸੀਂ ਟਾਈਮ ਸਿਰ ਇਹਦੀ ਸਪਰੇ ਕਰਦੇ ਹਾਂ, ਬੀੜੀ ਕੋਂਗੀ ਤੋਂ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਨਿਸਰ ਨੇ ਕੇ ਟਾਈਮ, ਆਪਾਂ ਨੇ ਇਹਦੀ ਸਪਰੇ ਲਾਜ਼ਮੀ ਨਿਗਟਿਬੋ ਦੀ ਕਰਦੇ ਅਸੀਂ। ਇਹਦੇ ਚ ਆਂਦੀ ਹੈ ਪੀਲੀ ਕੋਂਗੀ? ਆ ਜਾਂਦੀ ਜੇ ਨਹੀਂ 29-60 ਆਂਦੀ ਆ, ਲੇਕਿਨ ਆਂਦੀ ਤਾਂ ਜੇ ਟਾਈਮ ਸਿਰ ਸਪਰੇ ਕਰਦੇ ਫੇਰ ਨਹੀਂ ਆਊਗੀ। ਅੱਛਾ ਅੱਛਾ ਤੁਹਾਡਾ ਕੀ ਨਾਂ ਹੈ ਜੀ? ਹਰਨੇਕ ਸਿੰਘ। ਹਰਨੇਕ ਸਿੰਘ, ਹਰਨੇਕ ਸਿੰਘ ਝੋਲੀ ਚ ਕੀ ਪਾਇਆ ਹੋਇਆ? ਕਣਕ ਜਿਹੜਾ ਵਿਖਾਈ ਕਿਸਾਨ ਵੀਰੋ ਵੇਖ ਲਓ, ਬੜਾ ਸੋਹਣਾ ਬੀਜ ਹੈ ਔਰ 29-60 ਦਾ ਹੈ ਜੀ। ਹਾਂਜੀ ਦਵਾਈ ਲੱਗੀ ਵੀ ਆਪਾਂ 33-86 ਦੀ ਗੱਲ ਕਰਦੇ ਹਾਂ, DBW 370, DBW 371, 372 ਇਸ ਤਰ੍ਹਾਂ ਤੁਸੀਂ ਨਾਂ ਸੁਣੇ ਨੇ? ਹਾਂ ਜੀ ਹਾਂ ਸਾਰੇ ਸਾਰੇ ਸੁਣੇ ਨੇ। 272 ਵੀ ਸ਼੍ਰੀ ਰਾਮ ਵਾਲਾਂਗੇ। 232 ਸ਼੍ਰੀ ਰਾਮ, ਵੈਰੀ ਗੁੱਡ। ਹਾਂ ਜੀ ਤੇ ਤੁਸੀਂ ਮਤਲਬ 187 ਆ? 187 ਹੈ, 303 ਆ? ਹਾਂ ਜੀ ਹੈਨਾ? ਹਾਂ ਜੀ ਹਾਂ ਸਾਰੇ ਵਿੱਚ ਥੋੜੇ ਥੋੜੇ ਲਾ ਕੇ ਵੇਖ, ਸਾਰੇ ਲਾ ਕੇ ਦੇਖ ਲਈਏ ਜੀ। ਅੱਛਾ ਇਹਨਾਂ ਮੈਂ ਮਤਲਬ ਕਿ ਇਹ ਆ ਵੀ ਕਈ ਵਾਰ ਨਾ ਇਸ ਤਰ੍ਹਾਂ ਹੋ ਜਾ ਜਿਹੜੀ 187 ਆ, ਜੇ ਟੈਂਪਰੇਚਰ ਜ਼ਿਆਦਾ ਆ ਜੇ ਫਿਰ ਇਹ ਘੱਟ ਜਾਂਦੀ ਆ, ਫਿਰ ਪੈਦਾਵਾਰੀ ਘੱਟ ਜਾਂਦੀ ਘੱਟ ਜਾਂਦੀ ਹੈ, ਜੇ ਗਰਮੀ ਨਾ ਆਵੇ ਫਿਰ ਠੀਕ ਹੈ। ਹਾਂ ਜੀ ਤੁਸੀਂ ਕਿੰਨਾ ਬੋਰਾ ਕਰਦੇ ਹੋ ਜੀ, ਇਹ ਕਿੰਨਾ ਕਰ ਲਓਗੇ ਸਾਰੇ ਦਿਨ ਚ? 4 ਕਿੱਲੇ ਕਰਦੇ ਆ ਜੀ ਅਸੀਂ, 4 ਏਕੜ ਜੀ। 4? ਦੋਨੋਂ ਭਾਈ ਮਿਲ ਕੇ? ਹਾਂਜੀ ਦੋਵੇਂ ਭਰਾ ਮਿਲ ਕੇ। ਅੱਡ ਅੱਡ? ਨਾ ਨਾ ਦੋਵੇਂ ਭਰਾ ਮਿਲ ਕੇ ਜੀ, ਇਹ ਰੇਹ ਪਾਉਂਦਾ ਮੈਂ ਸੱਟਾ ਮਾਰਦਾ ਕਣਕ ਦਾ। ਅੱਛਾ ਕਿਸਾਨ ਵੀਰੋ ਤੁਸੀਂ ਦੇਖ ਲਓ, ਹਾਂਜੀ ਇੱਕ ਵੀਰਾ ਰੇਹ ਪਾਉਂਦਾ ਹੈ ਕਿੰਨਾ ਕੁ ਲਾਡ ਹੈ ਪਿਆਰ ਇਹਨਾਂ ਦਾ, ਦੂਜਾ ਬੰਦਾ ਜਿਹੜਾ ਛਿੱਟਾ ਮਾਰਦਾ। ਦਵਾਈ ਕਿਹੜੀ ਲਾਈ ਹੈ ਤੁਸੀਂ? ਜਿਹੜੀ ਇਹ ਲਾਈ ਹੈ ਜੀ ਗੁਲਾਬੀ ਜੀ, ਹੁੰਦੀ ਗੁਲਾਬੀ ਜੀ। ਹਾਂਜੀ ਹਾਂਜੀ। ਕਿੰਨੀ ਪਾਉਂਦੇ ਹੋ ਇੱਕ ਥੈਲੇ 'ਚ? ਹਾਂਜੀ ਕਿੰਨੀ ਪਾਉਂਦੇ ਹੋ ਤੁਸੀਂ ਇੱਕ ਥੈਲੇ 'ਚ? 40 ਕਿਲੋ ਬੀਜ ਪਿੱਛੇ ਇਹ ਬੀਜ ਕੇ ਹਿਸਾਬ ਤੇ ਪਾਈ ਜਾਂਦੀ ਹੈ ਜੀ ਦਵਾਈ।
ਵਾਧੀ ਪੜ ਗਈ ਜਦ ਵੀ ਕੋਈ ਨੁਕਸਾਨ ਨੀ ਕਿਉਂ ਸੁੱਕੀ ਦਵਾਈ ਹੈ ਇਹ ਕਾਹਦੇ ਲਈ ਦਵਾਈ ਵੈਸੇ ਇਹ ਦਵਾਈ ਮਤਲਬ ਕਿ ਕਈ ਵਾਰੀ ਧਰਤੀ ਜੇ ਮਤਲਬ ਕਿ ਕੋਈ ਬਿਮਾਰੀ ਬੁਮਾਰੀ ਜਿੱਦਾਂ ਆਉਂਦੀ ਪਿੱਛੇ ਕਿੰਨੇ ਕ ਦਿਨ ਲੱਗ ਜਾਣਗੇ 30 ਕਿੱਲੇ ਛੱਟਾ ਮਾਰਨ ਚ ਮੈਂ 5-6 ਮਤਲਬ ਕੇ ਜੀ ਇਸ ਤਰ੍ਹਾਂ ਜੀ ਇੱਕ ਦਿਨ ਛੋੜਕਾ ਮਾਰਦੇ ਨਾ ਇੱਕ ਦਿਨ ਤਿਆਰ ਕਰਦੇ ਆ ਇੱਕ ਦਿਨ ਬੋਲਦੇ ਆ ਇਸ ਤਰ੍ਹਾਂ ਜੀ ਇੱਕ ਦਿਨ ਕਾ ਗੈਪ ਪਹਿਲੇ ਰੋਣੀ ਕੀਤੀ ਸੀ ਇਹਨੂੰ ਰੋਣੀ ਕਰੀ ਪਈ ਆ ਸਾਰੀ ਖਿੱਤ ਗਈ ਟਿਊਬਲ ਨਾਲ ਪਾਣੀ ਹਾਂਜੀ ਹਾਂਜੀ ਪਾਣੀ ਸਾਰੀ ਕੀ ਰੋਣੀ ਇਸ ਤੋਂ ਪਹਿਲੇ ਕੀ ਲਾਇਆ ਸੀ ਜੀਰੀ ਜੀਰੀ ਸੀ ਜੀਰੀ ਕੱਟ ਕੇ ਫਿਰ ਫਾਨੇ ਫਿਰ ਮਤਲਬ ਕੇ ਇਹਨੂੰ ਮਤਲਬ ਪੰਡਾਂ ਵਾਲੇ ਜੀ ਉਹ ਪੰਡਾਂ ਬਣਾ ਕੇ ਪੰਡਾਂ ਬਣਾ ਕੇ ਉਹ ਚੁੱਕ ਲੈ ਗਏ ਫਿਰ ਉਸ ਦੇ ਬਾਅਦ ਬਾਹੀ ਕਰਕੇ ਇਹਨੂੰ ਰੋਣੀ ਕਰੀ ਆ ਇਹ ਸਾਰੇ ਬਾਹਣ ਕੀ ਦੇਖ ਲਿਓ ਰੋਣੀ ਹੋਈ ਪਈ ਆ ਜੀ ਪਰਲੇ ਕੀ ਵੀ ਅੱਛਾ ਪਰਲੇ ਕੀ ਵੀ ਹੋਈ ਪੜੀ ਹਾਂਜੀ ਹਾਂ ਰੋਣੀ ਕਰਕੇ ਫਿਰ ਤੁਸੀਂ ਬੀਜੇ ਹਨ ਹਾਂ ਪੰਡਾ ਬਣਵਾਈਆਂ ਨੇ ਪੰਡਾ ਬਣਵਾਈ ਅੱਗ ਨਹੀਂ ਲਾਈ ਜੀ ਪੰਡਾ ਫਿਰ ਵੇਚੀਆਂ ਨੇ ਉਹ ਤਾਂ ਆਪਾਂ ਚੱਕ ਲੈਣੇ ਜਿਹੜੇ ਬਣਵਾਉਂਦੇ ਜੀ ਮਸ਼ੀਨੇ ਉਹ ਆਪੇ ਲੈ ਜਾਂਦੇ ਆਪਣੀ ਪੰਡਾ ਲੈ ਗਏ ਨੇ ਪੈਸੇ ਨਹੀਂ ਜੀ ਸਾਡੇ ਵਿੱਚ ਕੋਈ ਪੈਸਾ ਨਹੀਂ ਲਿਆ ਉਹਨਾਂ ਨੇ ਨਹੀਂ ਤੁਹਾਨੂੰ ਦਿੱਤੇ ਨੇ ਨਾ ਨਾ ਕੋਈ ਸਾਨੂੰ ਦਿਆ ਨਹੀਂ ਨਾ ਲਿਆ ਅਸੀਂ ਅੱਛਾ ਨਾ ਦਿੱਤਾ ਨਹੀਂ ਤੁਸੀਂ ਹੁਣ ਹੱਥ ਨਾਲ ਛਿੱਟਾ ਦੇ ਰਹੇ ਹੋ ਹਾਂਜੀ ਤੁਹਾਡਾ ਆਂਢੀ ਗੁਆਂਢੀ ਜਿਹੜੇ ਨੇ ਮਸ਼ੀਨਾਂ ਨਾਲ ਬੁੰਦੇ ਹੋਣਗੇ ਤੁਹਾਡਾ ਜੀ ਨਹੀਂ ਕਰਦਾ ਬੋਲ ਨੂੰ ਨਹੀਂ ਮਜਬੂਰੀ ਕਾਹਦੀ ਹੈ 30 ਕਿੱਲੇ ਬਹੁਤ ਹੁੰਦੇ ਨੇ ਉਹ ਪੈਸੇ ਲੈਂਦੇ ਨੇ ਜ਼ਿਆਦਾ ਇਸ ਕਰਕੇ ਹੈ ਫਿਰ ਤੁਸੀਂ ਜਿਹੜਾ ਛਿੱਟਾ ਮਾਰ ਰਹੇ ਹੋ ਆਂਢੀ ਗੁਆਂਢੀ ਮਸ਼ੀਨਾਂ ਨਾਲ ਬੀਜਣ ਦੇ ਨੇ ਇੱਕ ਘਰ ਬੀਜਦਾ ਸਾਡਾ ਅੱਛਾ ਬਾਕੀ ਸਾਰੇ ਛਿੱਟਾ ਮਾਰਦੇ ਹੈ ਸਾਰੇ ਛਿੱਟਾ ਮਾਰਦੇ ਮੇਰੇ ਪਿੰਡ ਚ ਕੀ ਨਾਂ ਪਿੰਡ ਦਾ ਜਲਾਲਪੁਰ ਜਲਾਲਪੁਰ ਸਾਰੇ ਛਿੱਟਾ ਮਾਰਦੇ ਛਿੱਟਾ ਮਾਰਦੇ ਇੱਕ ਘਰ ਕੋਲ ਆ ਵੈਸੇ ਮੈਂ ਕੀ ਕਰਦਾ ਕਿ ਛਿੱਟਾ ਮਾਰਨ ਚ ਹਾਂਜੀ ਇਹ ਕਿਥੇ ਕਿਥੇ ਤੇ ਇਕੱਠਾ ਬੀਜ ਗਿਰ ਗਿਆ ਵੈਸੇ ਤੇ ਪ੍ਰੈਕਟਿਸ ਬਹੁਤ ਹੁੰਦੀ ਹੈ ਇੰਜਨ ਕਰਕੇ ਹਾਂਜੀ ਕਿ ਉਹ ਸਾਰਾ ਯੂਨੀਫਾਰਮ ਹੀ ਗਿਰਦਾ ਇੱਕ ਪਾਸੇ ਨਹੀਂ ਗਿਰਦਾ ਹਾਂਜੀ ਤੇ ਜਿਹੜੀ ਮਸ਼ੀਨ ਹੈ ਉਹਦੇ ਨਾਲ ਲਾਈਨ ਤੋਂ ਲਾਈਨ ਦੀ ਦੂਰੀ ਤੇ ਪੌਦੇ ਤੋਂ ਪੌਦੇ ਦੀ ਦੂਰੀ ਨਾ ਬੜੀ ਫਿਕਸ ਹੋ ਜਾਂਦੀ ਹੈ ਉਹਦੇ ਇਸ ਤਰ੍ਹਾਂ ਜੀ ਜੋ ਇਸਕਾ ਬੁੱਟਾ ਹੋਗਾ ਨਾ ਤੇ ਮਸ਼ੀਨ ਵਾਲੀ ਦਾ ਤੁਸੀਂ ਪੱਟ ਕੇ ਦੇਖ ਲਿਓ ਵੀ ਬੁੱਟਾ ਇਹਦਾ ਬੜਾ ਜਾਂ ਉਹਦਾ ਵੱਡਾ ਅੱਛਾ ਹਾਂ ਉਹਦਾ ਇਹਦਾ ਤਾਂ ਬੁੱਝਾ ਇੰਨਾ ਹੋਣਾ ਅੱਛਾ ਉਹਦਾ ਤਾਂ ਦੋ ਢਾਈਆਂ ਨਿਕਲੇ ਜੇ ਇੱਥੇ ਦਾਣਾ ਜੰਮ ਗਿਆ ਉਹ ਨਾ ਬੁੱਟਾ ਕਿੱਥੇ ਮਾਰਨਾ ਇਹ ਐਂ ਹੋ ਗਈ ਉਹ ਨਹੀਂ ਬੁੱਟਾ ਨਹੀਂ ਮਾਰਦੀ ਉਹ ਜੀ ਉਹ ਇੱਕ ਦੋ ਟਾਹਣੀਆਂ ਦੇ ਉੱਪਰ ਨਹੀਂ ਮਾਰਦੀ ਕਿਸੇ ਕੀ ਪੱਟ ਕਾ ਦੇਖ ਲਿਓ ਤੁਸੀਂ ਜੇ ਦੋ ਪੇਡਾਂ ਦੇ ਉੱਪਰ ਮੈਂ ਦੇਖੋ ਉੱਥੇ ਮੈਂ ਤਜਰਬਾ ਕਰਾਂ ਹਮ ਵੀ ਕਰ ਰਹੇ ਨਾ ਅਸੀਂ ਕਰ ਰਹੇ ਹਾਂ ਵੀ ਜੇ ਲਾਈਨ ਮਜਰੀ ਆ ਇਹ ਲਾਈਨ ਹੋ ਗਈ ਇਹ ਲਾਈਨ ਚ ਇੱਥੇ ਦਾਣੇ ਗਿਰ ਗਏ ਉਹਨੂੰ ਤਾਂ ਇੱਥੇ ਜਾਣਾ ਬੁੱਟਾ ਕਿੱਥੇ ਮਾਰੂਗੀ ਉਹ ਬੁੱਟੇ ਵਾਸਤੇ ਜਗ੍ਹਾ ਨਹੀਂ ਉਹਦੇ ਲਈ ਆਪਾਂ ਥਾਂ ਨਿੱਥੀ ਵੀ ਹੈ ਨਹੀਂ ਥਾਂ ਉਸ ਵੀ ਲਾਈਨ ਤੋਂ ਲਾਈਨ ਦੀ ਦੂਰੀ 7 ਤੋਂ ਉਹ ਤਾਂ ਹੈ ਇਸ ਦੇ ਤੋਂ ਸਮਝ ਗਏ ਜੀ ਇਹ ਤਾਂ ਹੈਗੀ ਇਹ ਤਾਂ ਹੋ ਗਈ ਨਾ ਇਹ ਨਾ ਜਿਸ ਟਾਈਮ ਇਸ ਤਰ੍ਹਾਂ ਬੀਜ ਗਏ ਨਾ ਉਹ ਦੂਰੀ ਨੀ ਹੈਗੀ ਉਹ ਦੂਰੀ ਥੋੜੀ ਨੇੜਾ ਇਸ ਕਰਕੇ ਨਾ ਇਹਨੇ ਤਾਂ ਬੁੱਝਾ ਮਾਰਨ ਵਾਸਤੇ ਟਾਈਮ ਮਿਲ ਜਾ ਇਹਨੂੰ ਨੀ ਇਹਨੂੰ ਤਾਂ ਘਸੋੜ ਕੇ ਰੱਖਦੀਆਂ ਹੁੰਦੀ ਉਹ ਤਾਂ ਇੱਕੋ ਬੱਲੀਆਂ ਬੱਲੀ ਨਿਕਲਣੀ ਆ ਨਹੀਂ ਪੱਟ ਕੇ ਦੇਖੋ ਜੀ ਤਮੇ ਪੱਟ ਕੇ ਦੇਖੋ ਨਾ ਇਹ ਝਾੜ ਵੱਧ ਦੇਗੀ ਉਹਦੇ ਨਾਲੋਂ ਅੱਛਾ ਹਾਂ ਤੇ ਸਾਰੇ ਲੋਕੀ ਫਿਰ ਮਸ਼ੀਨਾਂ ਉਹ ਤਾਂ ਸਿਰ ਪਤਾ ਕਿਆ ਜੀ ਅਸੀਂ ਕਿਆ ਚੱਕਰ ਆ ਜੀ ਜਿਸ ਤਰ੍ਹਾਂ ਮੇਰੇ ਵਰਗੇ ਆ ਆਪਾਂ ਨਾ ਛਿੱਟਾ ਮਾਰ ਸਕਾਂ ਜੇ ਆਉਣੇ ਵਾਲੀ ਪੀੜੀ ਨਾ ਜਿਹੜੀ ਮੁੰਡੇ ਆ ਉਹ ਇਹਨੂੰ ਮਾਰਨਾ ਚਾਹੁੰਦੇ ਵੀ ਬਾਪੂ ਤੋਂ ਖਿੱਚਲਾ ਖਾ ਗਿਆ ਅਸੀਂ ਖਿੱਚਲ ਕੇ ਕਰਨੇ ਖਿੱਚਲਾ ਕੇ ਚੱਕਰ ਆ ਸਾਰਾ ਟਾਈਮ ਦੀ ਬੱਚਤ ਘੱਟ ਹੋ ਜੇ ਪੈਦਾ ਤੁਸੀਂ ਸੁਣ ਰਹੇ ਹੋ ਐਕਸਪੀਰੀਅੰਸ ਪੈਦਾਵਾਰ ਦੇਖਣੀ ਆਪਣੀ ਭਾਵੇਂ ਘੱਟ ਜਾਏ ਥੋੜੇ ਦੇ ਕਨਾਲਾ ਚ ਹਾਂਜੀ ਤੁਸੀਂ ਛਿੱਟਾ ਮਾਰ ਕੇ ਵੇਖਿਆ ਜੇ
ਮੈਂ ਵੀ ਕਈ ਸਾਲ ਤੋਂ ਕੰਮ ਕਰ ਰਿਹਾ ਔਰ ਇਹ ਕਹਿੰਦੇ ਨੇ ਦੋ ਦੋ ਤਿੰਨ ਤਿੰਨ ਹੀ ਨਾਲੀਆਂ ਨਿਕਲਣੀਆਂ ਨੇ ਜਿਹੜਾ ਅਸੀਂ ਕਹਿੰਦੇ ਟਿੱਲਰ ਮੈਂ ਤੀਹ ਤੀਹ ਸੈਂਤੀ ਸੈਂਤੀ ਵੀ ਗਿਣੇ ਨੇ ਉਹ ਤੁਸੀਂ ਕਹਿ ਦਿੰਦੇ ਜੀ ਤੁਸੀਂ ਤਾਂ ਡੋਲ ਦੀ ਸਾਈਡ ਤੇ ਖੜੇ ਹੋ ਜਾਂਦੇ ਹੋ ਮੈਂ ਇਹਨਾਂ ਦਾ ਫੋਨ ਨੰਬਰ ਵੀ ਲਾਂਗਾ ਤੇ ਮੈਂ ਇਹਨਾਂ ਦੇ ਹੋ ਸਕਦਾ ਨੇੜੇ ਵੀ ਹੈ ਮੇਰੇ ਕਰਨਾਲ ਤੋਂ ਦੂਰ ਨਹੀਂ ਹੈਗਾ ਤੇ ਆਪਾਂ ਇਹਨਾਂ ਨੂੰ ਦੁਬਾਰਾ ਮਿਲਣ ਆਵਾਂਗੇ ਫਿਰ ਜੇ ਬੱਚੇ ਕਰਨਗੇ ਮਸ਼ੀਨ ਨਾਲ ਤੇ ਉਦੋਂ ਘੱਟ ਪੈਦਾਵਾਰੀ ਹੋਏਗੀ ਘਟਾਗੀ ਜੀ ਵੱਧਦੀ ਨਹੀਂ ਹੈ ਵਧਾ ਇੱਕ ਕੁਇੰਟਲ ਦੋ ਕੁਇੰਟਲ ਦਾ ਫਰਕ ਰਹੇਗਾ ਰਹੇਗਾ ਹਾਂਜੀ ਤਜਰਬਾ ਕਰਨਾ ਪਹਿਲੇ ਸਾਲ ਮੈਂ ਡਰਿੱਲ ਗੱਲ ਵੀ ਤਜਰਬਾ ਕਰਿਆ ਜਿਹੜੀ ਦੂਜੀ ਡਰਿੱਲ ਪਹਿਲੀ ਮਸ਼ੀਨਾਂ ਹੋ ਤੇ ਉਹਦੇ ਨਾਲ ਵੀ ਕਰਿਆ ਪਰ ਜੋ ਸਾਡੀ ਧਰਤੀ ਮੈਂ ਛੱਟਾ ਨਾ ਉਰਾ ਕਾਮਯਾਬ ਉਹ ਸਭ ਤੋਂ ਵਧੀਆ ਸਾਡੀ ਧਰਤੀ ਕੇ ਲਈ ਧਰਤੀ ਕਾ ਸਾਹਿਬ ਹਾਂ ਧਰਤੀ ਕਾ ਸਾਹਿਬ ਅਦਰਵਾਇਜ਼ ਦੂਸਰੀ ਧਰਤੀ ਕੇ ਲਈ ਨਹੀਂ ਦੇਖੋ ਇੱਕ ਬਾਤ ਹੈ ਆਪ ਸਿਰਫ ਪਤਾ ਗਿਆ ਜੀ ਆਪ ਆਪਣੀ ਧਰਤੀ ਦਾ ਹਰੇਕ ਬੰਦੇ ਨੂੰ ਹਿਸਾਬ ਕਿਤਾਬ ਕਿਸਾਨ ਭਾਈਓ ਮੈਂ ਇਸ ਗੱਲ ਨੂੰ ਇੱਥੇ ਬੰਦ ਕਰਦਾ ਹਾਂਜੀ ਇਸ ਡਾਕਟਰ ਸਾਹਿਬ ਰਾਮ ਸਿੰਘ ਜੀ ਨੇ ਦੱਸਿਆ ਆਪ ਦਾ ਐਕਸਪੀਰੀਅੰਸ ਕਿ ਸਾਡੀ ਜ਼ਮੀਨ ਜਿਹੜੀ ਹੈ ਛੱਟੇ ਨੂੰ ਜ਼ਿਆਦਾ ਮੰਨਦੀ ਹੈ ਤੁਸੀਂ ਜਰਾ ਐਕਸਪੀਰੀਅੰਸ ਕਰਕੇ ਦੇਖ ਲਿਆ ਜੇ ਵੈਸੇ ਮਸ਼ੀਨ ਨਾਲ ਬੋਨ ਨਾਲ ਲਾਈਨ ਤੋਂ ਲਾਈਨ ਦੀ ਦੂਰੀ ਅਤੇ ਪੌਦੇ ਤੋਂ ਪੌਦੇ ਦੀ ਦੂਰੀ ਬੜੀ ਫਿਕਸ ਹੁੰਦੀ ਹੈ ਸੀਡ ਰੇਟ ਵੀ ਆਪਾਂ ਬੜਾ ਘੱਟ ਹੀ ਰੱਖਦੇ ਹਾਂ ਅਤੇ ਉਸ ਮੈਨੂੰ ਨਹੀਂ ਲੱਗਦਾ ਕਿ ਪੈਦਾਵਾਰੀ 'ਤੇ ਕੋਈ ਫਰਕ ਆਉਣਾ ਚਾਹੀਦਾ ਮੈਂ ਅਕਸਰ ਕਿਹਾ ਕਰਦਾ ਕਿ ਛਿੱਟਾ ਮਾਰੋਗੇ ਤਾਂ ਬੀਜ ਜਮਕ ਇੰਨਾ ਇੰਨਾ ਜਾਊਗਾ ਥੱਲੇ ਅਤੇ ਉਹਦੇ ਨਾਲ ਜੜ੍ਹ ਜ਼ਿਆਦਾ ਨੀਚੇ ਨਹੀਂ ਜਾਂਦੀ ਕਿਉਂਕਿ ਮਸ਼ੀਨ ਨਾਲ ਨੀਚੇ ਬੀਜ ਸੁੱਟਦੇ ਹਾਂ ਜਦੋਂ ਜੜ੍ਹ ਉੱਤੇ ਰਹਿ ਗਈ ਅਤੇ ਬਾਰਿਸ਼ ਆ ਗਈ ਹਵਾ ਹਨੇਰੀ ਚੱਲ ਗਈ ਤਾਂ ਇਸ ਵਿਧੀ ਨਾਲ ਪੌਦੇ ਡਿੱਗਣ ਦਾ ਜ਼ਿਆਦਾ ਚਾਂਸ ਹੈ ਐਵੇਂ ਲੱਗਦਾ ਕੁਛ ਤੁਸੀਂ ਕਦੀ ਡਿੱਗੀ ਆਪਣੀ ਖੇਤੀ ਨਹੀਂ ਥੋੜ੍ਹਾ ਫਰਕ ਤਾਂ ਕੇਰੀ ਵੀ ਕਾ ਇੱਕ ਤਾਂ ਹੈ ਜੀ ਹਾਂ ਇਹ ਜਿਹੜੀ ਛੱਟੇ ਵਾਲੀ ਆ ਹਾਂ ਥੋੜ੍ਹਾ ਫਰਕ ਜੇ ਪਾਣੀ ਟਾਈਮ ਸਿਰ ਦੇਣਗੇ ਫਿਰ ਤਾਂ ਨਹੀਂ ਗਿਰਦੀ ਜੇ ਪਾਣੀ ਆ ਗਿਆ ਫਿਰ ਤਾਂ ਦੋਨਾਂ ਨੇ ਗਿਰਨਾ ਉਹ ਵੀ ਗਿਰੂਗੇ ਇਹ ਵੀ ਗਿਰੂਗੇ ਪਾਣੀ ਦਾ ਚੱਕਰ ਹੋ ਜੇ ਹਵਾ ਤੋਂ ਉਹ ਘੱਟ ਗਿਰਦੀ ਹੈ ਮੈਨੂੰ ਤਾਂ ਲੱਗਦਾ 19-20 ਦਾ ਜ਼ਿਆਦਾ ਨਹੀਂ ਪੈਂਦਾ ਜੀ ਫਰਕ 19-21 ਦਾ ਨਹੀਂ ਕਹਿੰਦੇ ਤੂੰ ਨਹੀਂ ਥੋੜਾ ਹੀ ਫਰਕ ਪਵਾ ਜ਼ਿਆਦਾ ਨਹੀਂ ਗਿਰਿਆ ਕੀ ਤਾਂ ਉਹ ਵੀ ਹਾਂ ਪਰ ਉਹ ਘੱਟ ਗਿਰੇ ਹਾਂਜੀ ਇਹ ਪਤਾ ਕਿਹਾ ਜੀ ਆਪਣਾ ਜਿਹੜਾ ਪਾਣੀ ਨਾ ਬੋਰਾਂ ਦਾ ਇਹ ਘੱਟੋ ਘੱਟ ਵੀ 700 ਫੁੱਟ ਡੂੰਘੇ ਵਾਲਾ 600 ਫੁੱਟ ਸਮਝ ਗਿਆ ਮੈਂ ਇਹ ਜਿਹੜਾ ਇਸ਼ਕੇ ਵਿੱਚ ਵੀ ਜਹਾਨਾ ਜੇ ਪਾਣੀ ਇਹ ਉਹਨਾਂ ਇਸ ਤਰ੍ਹਾਂ ਮਾਰਨੀ ਖੋਦ ਡੂੰਘੀ ਇਹ ਨਾ ਇਹ ਤਾਂ ਪੋਲੀ ਨਹੀਂ ਨਾ ਕਰਨੀ ਹੈ ਹਾਂ ਇਹ ਪੋਲੀ ਇਤਨੀ ਜਗ੍ਹਾ ਇਸ ਨੂੰ ਸਾਰੀ ਪੋਲੀ ਮਿਲਣੀ ਆ ਇਸ ਨੂੰ ਜ਼ਮੀਨ ਨਾ ਸਾਰੀ ਪੋਲੀ ਮਿਲਣੀ ਆ ਠੀਕ ਹੈ ਉਸ ਨੂੰ ਪੋਲੀ ਨਹੀਂ ਮਿਲਣੀ ਇਹ ਚੱਕਰ ਆ ਆਪਣੇ ਪਿੰਡ 'ਚ ਕਿੰਨਾ ਕੁ ਏਰੀਆ ਜਿਹੜਾ ਖੇਤੀ ਅੰਡਰ ਹੈਗਾ ਕਿੰਨੇ ਏਕੜ ਹੋਊਗਾ 700-800 ਹਜ਼ਾਰ 2 ਹਾਂ ਵੈਸੇ ਐਸਾ ਕਹ ਜੀ 300 ਏਕੜ ਆ ਜੀ ਆਪਣੀ ਕੁਛ ਤਾਂ ਫੈਕਟਰੀ ਮੈਂ ਹੈਗੀ ਨਾ ਉਹ ਨਾਹਰ ਫੈਕਟਰੀ ਅੱਛਾ ਹਾਂਜੀ ਤੇ ਇਹ ਸਾਰੇ ਬੰਦੇ 300 ਏਕੜ ਛਿੱਟਾ ਮਾਰਦੇ ਨੇ ਛਿੱਟਾ ਮਾਰਦੇ ਜੀ ਉਹ ਘੱਟੋ ਘੱਟ 50 ਕਿੱਲੇ ਲੈ ਲਏ ਤਕਰੀਬਨ ਜੋ ਡਰਿੱਲ ਗੱਲ ਹੋਵਾਂਗੇ ਬਾਕੀ 200-300 ਕਿੱਲਾ ਛੱਟਾ ਹੀ ਲੱਗਣਾ ਉਹ 50 ਕਿੱਲੇ ਵਾਲੇ ਫਿਰ ਕਿਉਂ ਨੇ ਉਹਨਾਂ ਨੂੰ ਉਹਨਾਂ ਹੁਣ ਲਿਆ ਐਤਕੀ ਲਿਆ ਉਹਨਾਂ ਵੀ ਉਹ ਉਹਨਾਂ ਪਾ ਕੋਈ ਕਣਕ ਅੱਜ ਤੱਕ ਮਰੇ ਤੇ ਵੱਧ ਤੋਂ ਨਿਕੜੀ ਨਹੀਂ ਹੈਗੀ ਕਿੰਨੇ ਸਾਲਾਂ ਤੋਂ ਲਾ ਰਹੇ ਨੇ ਉਹ 2 ਸਾਲ ਹੋ ਗਏ ਜੀ ਉਹਨਾਂ ਨੂੰ ਸੁਪਰ ਸੀਟ ਲਈ ਮੁਕਾਬਲਾ ਚੱਲਦਾ ਹਾਂਜੀ ਹਾਂ ਪੂਰਾ ਮੁਕਾਬਲਾ ਤੂੜੀ ਤੂੜੀ ਆ ਸਾਡੇ ਬੋਨ ਤੇ ਜ਼ਿਆਦਾ ਨਿਕੜਾ ਅੱਛਾ ਬਾਕੀ ਕਣਕ ਉਹਨਾਂ ਤੇ ਜ਼ਿਆਦਾ ਨਿਕੜਾ ਕਦੀ ਵੀ ਉੱਪਰ ਨਹੀਂ ਗਏ ਸਰ ਮੈਂ ਆਪਦੀ ਗੱਲ ਨੂੰ ਇੱਥੇ ਬੰਦ ਕਰਦਾ ਸਾਰਿਆਂ ਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ